ਪਿੰਡ ਸਾਡਾ ਫਿਰੋਂ ਮੇਰੇ ਨਾਲ ਮੇਰੇ ਜਿਉਂਦੇ ਪਤਾ ਨੇ ਅੱਜ ਸਾਡੀ ਇੰਨੀ ਸੁਣੀ ਆ ਕੋਈ ਅਸੀਂ ਕੁਝ ਕਹਿ ਨੀ ਸਕਦੇ ਪਤਾ ਨੀ ਕਿੰਨਾ ਕੁ ਧੰਨਵਾਦ ਕਰੀਏ ਪਰਮੇਸ਼ਰ ਦਾ ਸਾਡੇ ਘਰ ਦੇ ਵਿੱਚ ਇੰਨੀ ਅਸੀਂ ਸ਼ੁਰੂ ਤੋਂ ਗਵਾਈ ਇਹ ਦੱਸਦੇ ਕਿ ਸਾਡੇ ਘਰ ਵਿੱਚ ਕਿਤੇ ਕੋਈ ਹੈ ਹੀ ਨੀ ਕੱਖ ਵੀ ਜੋ ਵੀ ਮਤਲਬ ਕਰਦਾ ਹੁੰਦਾ ਆਪਣਾ ਇਹ ਹੁਣ ਹਾਲ ਦੀ ਘੜੀ ਪਰਮੇਸ਼ਰ ਨੇ ਸਾਡੇ ਘਰ ਵਿੱਚ ਵਰਕਦਾ ਹੀ ਵਰਕਦਾ ਕਰਤੀਆਂ ਵਰਕਦਾ ਹੀ ਵਰਕਦਾ ਜਦੋਂ ਅਸੀਂ ਇੱਥੇ ਆਉਣ ਡੇ ਵੇ ਉਦੋਂ ਤੋਂ ਵਰਕਦਾ ਵਰਕਦਾ ਸਾਡੇ ਬੇਟੇ ਨੇ ਦੋ ਵਾਰਾਂ ਪਾਸਪੋਰਟ ਲਾਇਆ ਸੀ ਪਰ ਉਹਨਾਂ ਦਾ ਕੰਮ ਨੀ ਸੀ ਬਣਦਾ ਹੁਣ ਜਦੋਂ ਦੇ ਅਸੀਂ ਇੱਥੇ ਆਉਣ ਡੇ ਗਏ ਹਾਂ 11 ਤਰੀਕ ਦਾ ਮੇਰੇ ਬੇਟੇ ਦਾ ਵੀਜ਼ਾ ਵੀ ਆ ਗਿਆ ਵਾ 25 ਤਰੀਕ ਤੱਕ ਜਾ ਰਿਹਾ ਵਾ ਤੇ ਧੰਨਵਾਦ ਕਰਦੇ ਪਰਮੇਸ਼ਰ ਦਾ ਬਹੁਤ ਬਹੁਤ ਜ਼ਿਆਦਾ ਤੇ ਉਦੋਂ ਜ਼ਿਆਦਾ ਰੱਬ ਦੇ ਦਾਸਾਂ ਦਾ ਹਾਲੇ ਪਰਮੇਸ਼ਰ ਦੀ ਮਹਿਮਾ ਵਾਸਤੇ ਜੋ ਸਤਿਕਾਰ